ਅੱਛੀ ਤਰੀਕੇ ਮਿਲ ਲਿਆ ਔਰ ਵਲੌਗ ਅਸੀਂ ਹੁਣ ਸ਼ੁਰੂ ਕੀਤਾ ਹੈ। ਹੋਰ ਸਿਸਟਰ ਸਭ ਖੈਰੀਅਤ ਤੇ ਠੀਕ ਪਹੁੰਚ ਆਇਓ? ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਜੀ, ਕੀ ਹਾਲ ਨੇ ਸਾਰਿਆਂ ਦੇ? ਅਲਹਮਦੁਲਿਲਾਹ ਸੀ, ਬਿਲਕੁਲ ਠੀਕ ਠਾਕ। ਤੁਹਾਡੇ ਕੀ ਹਾਲ ਚਾਲ ਨੇ? ਔਰ ਮੈਂ ਦੁਆ ਕਰਨਾ ਸਾਡੇ ਪੇਖਣ ਜਿੰਨੇ ਕਿ ਭੈਣ ਭਾਈ ਨੇ ਖੁਸ਼ ਰਹੋ, ਬਹਾਦਰ ਹਮੇਸ਼ਾ ਸੇ ਵਸਦੇ ਰਹੋ। ਅਲਹਮਦੁਲਿਲਾਹ ਜੀ, ਸਾਡੇ ਮਹਿਮਾਨ ਪਹੁੰਚਣ ਵਾਲੇ ਨੇ ਔਰ ਸਾਡੀ ਵੀ ਤਿਆਰੀ ਤਕਰੀਬਨ ਜੀ ਕੰਪਲੀਟ ਹੋ ਰਹੀ ਹੈ। ਹਾਂਜੀ ਹਾਂਜੀ, ਦੇਖੋ ਮਾਸ਼ਾਅੱਲਾ, ਚੈੱਕ ਕਰੋ ਭਾਈ ਸਾਹਿਬ, ਚਿਕਨ ਫਰਾਈ ਹੋ ਰਹੇ ਨੇ, ਚਿਕਨ ਫਰਾਈ। ਔਰ ਇਸ ਤੋਂ ਇਲਾਵਾ ਕੋਈ ਬਿਰਿਆਨੀ ਬਣਾਈ ਆ, ਸਾਲਣ ਬਣਾਇਆ, ਖੀਰ ਬਣਾਈ ਆ। ਔਰ ਬੇਗਮ ਸਾਹਿਬਾ ਕਹਿ ਰਹੀ ਹੈ ਕਿ ਜਾਓ ਸ਼ਹਿਰ ਔਰ ਲੈ ਕੇ ਆਓ ਸਮੋਸੇ ਵੀ। ਹਾਂਜੀ, ਨਾਲ ਕੋਲਡ ਡਰਿੰਕ ਵਗੈਰਾ ਵੀ ਲੈ ਕੇ ਆਵਾਂਗੇ। ਅਲਹਮਦੁਲਿਲਾਹ ਜੀ, ਫਾਈਨਲੀ ਇਹ ਵੀ ਰੈਡੀ ਹੋ ਗਏ ਔਰ ਹੁਣ ਬਾਕੀ ਰਹਿ ਗਏ ਮੇਰੇ ਖਿਆਲ ਚਾਵਲ। ਚਾਵਲ ਰੋਟੀਆਂ ਤਾਂ ਉਹਨਾਂ ਦੇ ਆਇਆਂ ਪਕਾਵਾਂਗੇ ਨਾ, ਬਲਕਿ ਆਪਾਂ ਤਾਂ ਖਾਣੀਆਂ ਹੀ ਨੇ ਨਾ। ਹਾਂ, ਆਪਣੇ ਵਾਸਤੇ ਤਾਂ ਪਕਾਈਏ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ, ਆਪਣੇ ਵਾਸਤੇ ਪਕਾ ਲੈਂਦੇ ਹਾਂ ਔਰ ਮਹਿਮਾਨ ਜਦੋਂ ਆਏ ਉਹਨਾਂ ਨੂੰ ਫਿਰ ਤਾਜ਼ੀਆਂ ਬਣਾ ਕੇ ਦੇਵਾਂਗੇ। ਸਹੀ ਹੈ ਨਾ? ਬੇਗਮ ਸਾਹਿਬਾ ਕਹਿ ਰਹੀ ਹੈ ਕਿ ਫੋਨ ਕਰਕੇ ਪੁੱਛੋ ਮਹਿਮਾਨ ਕਿੱਥੇ ਪਹੁੰਚ ਗਏ ਨੇ। ਮੈਂ ਫੋਨ ਤਾਂ ਕੁਝ ਕੀਤਾ ਲੇਕਿਨ ਅੰਦਾਜ਼ਾ ਲਾ ਰਿਹਾ, ਮੇਰੇ ਖਿਆਲ ਹੈ ਮੁਲਤਾਨ ਨਾਲ ਕ੍ਰਾਸ ਕਰ ਆਏ ਹੋਣੇ ਨੇ, ਤਕਰੀਬਨ ਘੰਟੇ ਡੇਢ ਤੱਕ ਨਾ ਪਹੁੰਚ ਜਾਵਣਗੇ ਇਨਸ਼ਾਅੱਲਾ। ਲਾਸਟ ਰੈਸਪੀ ਪੱਕ ਰਹੀ ਹੈ ਜੀ ਚਾਵਲ ਪੁਲਾਓ ਦੇ। ਪੁਲਾਓ ਪੱਕਣਾ? ਅੱਲਾ ਖੈਰ ਕਰੇ, ਬੱਦਲ ਜਿਹੜੇ ਹੈਗੇ ਨਾ ਫਿਰ ਬੜੇ ਗਹਿਰੇ ਬਣਦੇ ਆ ਰਹੇ ਨੇ, ਲੇਕਿਨ ਅਸੀਂ ਆਪਣਾ ਖਾਣ ਪਕਾਉਣ ਤਾਂ ਕਲੀਅਰ ਕਰ ਲਿਆ, ਲੇਕਿਨ ਜਿਹੜੇ ਗੰਦਾਂ ਵਗੈਰਾ ਵੱਢ ਰਹੇ ਨੇ ਉਹਨਾਂ ਦਾ ਨੁਕਸਾਨ ਹੋਵੇਗਾ ਜਾਂ ਅੱਲਾ ਪਾਕ ਬਾਰਿਸ਼ ਜਿਹੜੀ ਹੈ ਨਾ ਹੋਵੇ ਤਾਂ ਬਿਹਤਰ ਹੀ ਹੈ। ਮੈਂ ਤਾਂ ਦੁਆ ਮੰਗਦਾ ਪਿਆ। ਔਰ ਮਾਸ਼ਾਅੱਲਾ ਜੀ, ਸਾਲਣ ਇੱਕ ਚਾਵਲ ਸੀ, ਚਾਵਲ ਚਾਵਲ ਸਾਲਣ ਤਾਂ ਅਸੀਂ ਪਹਿਲੇ ਜਿਹੜਾ ਕਹਿੰਦਾ ਬਣਾ ਲਿਆ ਸੀ। ਛਾਤੇ ਉੱਪਰ ਬੈਠਾ ਹੋਇਆ ਮਾਸ਼ਾਅੱਲਾ, ਇੱਥੇ ਨਾ ਹਵਾ ਬੜੀ ਪਿਆਰੀ ਲੱਗਦੀ ਪਈ ਆ, ਠੰਡੀ ਠੰਡੀ। ਇੱਕ ਤਾਂ ਨਾ ਮਾਸ਼ਾਅੱਲਾ ਮੌਸਮ ਬੜਾ ਜ਼ਬਰਦਸਤ ਬਣਿਆ ਖੜਾ, ਅੱਲਾ ਕਰੇ ਬਾਰਿਸ਼ ਨਾ ਹੋਵੇ, ਜੜ ਜੂੜ ਬਣਿਆ ਰਹੇ ਤਾਂ ਕਿ ਗੰਦਮ ਦੀ ਕਟਾਈ ਵੀ ਹੋ ਜਾਵੇ ਅਤੇ ਕੋਈ ਨੁਕਸਾਨ ਵੀ ਨਾ ਹੋਵੇ। ਲੇਕਿਨ ਸਾਡੇ ਇਲਾਕੇ 'ਚ ਇੰਨੀ ਜ਼ਿਆਦਾ ਬਾਰਿਸ਼ ਕੋਈ ਨਹੀਂ ਹੋਈ ਸੀ, ਫਿਰ ਵੀ ਵਾਹਵਾ ਹੋ ਗਈ ਆ। ਲੇਕਿਨ ਅਲਹਮਦੁਲਿਲਾ ਦੇਖਿਆ ਮੈਂ ਗੰਦਮ ਵਗੈਰਾ ਜਿਹੜਾ ਕਟਾਈ ਕਰਦੇ ਪਏ, ਕਿਉਂਕਿ ਸੁਬਹ ਸੁਬਹ ਰੋਸ਼ਨੀ ਤੇਜ਼ ਨਿਕਲੀ ਸੀ, ਗੰਦਮ ਨਾ ਖੁਸ਼ਕ ਹੋ ਗਈ ਆ। ਔਰ ਹੁਣ ਵੀ ਮਾੜਾ ਮਾੜਾ ਜਿਹੜਾ ਹੈਗਾ ਨਾ ਅਲਹਮਦੁਲਿਲਾ ਚੜ ਬਣਿਆ ਹੋਇਆ ਔਰ ਮੌਸਮ ਬੜਾ ਮਿੱਠਾ ਮਿੱਠਾ ਬੜਾ ਸੋਹਣਾ ਬਣਿਆ ਹੋਇਆ ਮਾਸ਼ਾਅੱਲਾ, ਚੈੱਕ ਕਰੋ। ਔਰ ਗੰਦਮ ਦੀ ਕਟਾਈ ਜ਼ੋਰੋ ਸ਼ੋਰ ਨਾਲ ਜਿਹੜਾ ਹੈਗਾ ਨਾ ਹੋ ਰਹੀ ਹੈ। ਮੈਂ ਇੱਥੇ ਛੱਤ ਉੱਪਰ ਆਇਆ ਸੀ ਬਾਈ ਅਹਿਮਦ ਨੂੰ ਜਿਹੜਾ ਹੈਗਾ ਨਾ ਮੈਸੇਜ ਕੀਤਾ ਆ ਕੇ ਥੱਲੇ ਤਾਂ ਸਿਗਨਲ ਨਹੀਂ ਆ ਰਹੇ ਸੀ, ਅਤੇ ਲੇਕਿਨ ਉਹਨਾਂ ਦਾ ਹਾਲੇ ਤਾਂ ਜਵਾਬ ਕੋਈ ਨਹੀਂ ਆਇਆ, ਹੋ ਸਕਦਾ ਕਿ ਉਹ ਪਹੁੰਚਣ ਵਾਲੇ ਹੀ ਹੋਣ। ਖੀਰ ਪੱਕੀ ਪੀ ਹੈ ਜੀ ਇਹ, ਔਰ ਬੇਗਮ ਸਾਹਿਬਾਂ ਨੇ ਜਿਹੜਾ ਹੈਗਾ ਨਾ ਠੰਡਿਆਂ ਕਰਨ ਵਾਸਤੇ ਇੱਥੇ ਰੱਖਿਆ। ਚਾਵਲ ਵੀ ਦਮ 'ਤੇ ਆਏ ਪਏ ਨੇ ਔਰ ਬੇਗਮ ਸਾਹਿਬਾਂ ਸਾਰਾ ਕੰਮ ਕੁੰਮ ਕਰਕੇ ਔਰ ਬਰਤਨ ਵਗੈਰਾ ਧੋ ਰਹੀ ਹੈ ਹੁਣ, ਔਰ ਸਾਨੂੰ ਸਿਰਫ ਹੁਣ ਇੰਤਜ਼ਾਰ ਹੈ ਜੀ ਮਹਿਮਾਨਾਂ ਦਾ, ਸਿਰਫ ਰੋਟੀਆਂ ਰਹਿ ਗਈਆਂ, ਰੋਟੀਆਂ ਤਾਜ਼ੀਆਂ ਪਕਾਵਾਂਗੇ ਜਦੋਂ ਮਹਿਮਾਨ ਆਵਣਗੇ। ਕਾਫੀ ਟਾਈਮ ਹੋ ਗਿਆ ਬਾਈ ਉਹਨਾਂ ਦਾ ਜਵਾਬ ਨਹੀਂ ਆਇਆ, ਔਰ ਮੈਂ ਅਖੀਰੀ ਜਿਹੜਾ ਹੈਗਾ ਹੁਣ ਚੱਲਿਆ ਹਾਂ ਜੀ ਪੱਠੇ ਵੱਢਣ ਵਾਸਤੇ, ਔਰ ਬੇਗਮ ਸਾਹਿਬਾਂ ਜਿਹੜਾ ਹੈਗਾ ਨਾ ਰੋਟੀਆਂ ਦਾ ਇੰਤਜ਼ਾਮ ਕਰ ਰਹੀ ਆ। ਚਾਵਲ ਜਿਹੜੇ ਹੈਗੇ ਪਤਾ ਹੀ ਨਾ ਚੱਲੇ ਦਰਵਾਜ਼ੇ ਤੇ ਆ ਜਾਵੇ, ਹਾਂ ਕਿਉਂਕਿ ਅਗਰ ਦੱਸ ਦਿੰਦੇ ਨਾ ਕਿ ਅਸੀਂ ਇੱਥੇ ਸਮੁੰਦਰੀ ਆਇਆ ਖਾਣਾ ਇੱਥੇ ਆਇਆ ਖਾਣਾ ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਸਾਨੂੰ ਪਤਾ ਹੋਵੇ ਕਿ ਘੰਟੇ ਅੱਧੇ ਘੰਟੇ ਤੱਕ ਇੱਥੇ ਪਹੁੰਚ ਜਾਵਣਗੇ, ਤੇ ਉਹਨਾਂ ਦਾ ਜਵਾਬ ਕੋਈ ਨਹੀਂ ਆਇਆ ਕਿ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਕਿ ਨਹੀਂ ਪਹੁੰਚੇ, ਇਸ ਕਰਕੇ ਹੁਣ ਕੋਈ ਪਤਾ ਨਹੀਂ ਕਿਸੇ ਟਾਈਮ ਹੀ ਪਹੁੰਚ ਜਾਵਾਂਗੇ। ਥਾਪੀਆਂ ਜਿਹੜੀਆਂ ਨਾ ਥੋੜੀਆਂ ਜਿਹੀਆਂ ਬਸ ਰਹਿ ਗਈਆਂ ਨੇ, ਇਹ ਵਾਲੀਆਂ ਖੁਸ਼ਕ ਹੋ ਗਈਆਂ, ਤਾਂ ਅੰਦਰ ਰੱਖ ਦਿਆਂਗੇ ਤੇ ਫਿਰ ਜਿਹੜਾ ਹੈਗਾ ਨਾ ਦੁਬਾਰਾ ਇੱਥੇ
ਬਿਲਕੁਲ ਥਾਪੀਆਂ ਰੱਖਣੀਆਂ, ਬਿਲਕੁਲ ਸਫਾਈ ਕਰਨੀ ਆ ਇਨਸ਼ਾਅੱਲਾ। ਚੱਲ ਤੂੰ ਕਰ, ਚੱਲ ਚੱਲ ਚੱਲ, ਨੱਸ ਜਾ ਨੱਸ ਜਾ। ਪਹਿਲੇ ਦੇ ਜ਼ਮਾਨੇ ਵਿੱਚ ਲੋਕ ਜਿਹੜੇ ਹੈਗੇ ਨਾ, ਮਤਲਬ ਆਸਾਨੀ ਨਹੀਂ ਵੇਖਦੇ ਸੀ ਕਿ ਆਸਾਨੀ ਹੈ ਕਿ ਨਹੀਂ ਹੈ, ਥੋੜ੍ਹੀ ਜਿਹੀ ਮਿਹਨਤ ਕਰਦੇ ਸੀ। ਹੁਣ ਦੇ ਲੋਕ ਆਸਾਨੀ ਵੇਖਦੇ ਨੇ ਕਿ ਜਿਹੜਾ ਹੈਗਾ ਨਾ ਆਸਾਨੀ ਹੋ ਜਾਵੇ। ਜਿਸ ਤਰ੍ਹਾਂ ਦੇਖੋ ਨਾ, ਲੀਰਾਂ ਜੀਆਂ ਨਾ ਬੰਨੀ ਪਈ ਹੈ ਨਾ ਗੰਦਮ ਹੈ ਦੇਖੋ। ਔਰ ਪਹਿਲੇ ਜਿਹੜਾ ਹੈਗਾ ਨਾ, ਗੰਦਮ ਦੇ ਖੱਬੜ ਵਗੈਰਾ ਵੱਟ ਕੇ ਅਤੇ ਉਹਦੇ ਨਾਲ ਜਿਹੜਾ ਹੈਗਾ ਨਾ ਬੰਨਦੇ ਹੁੰਦੇ ਸੀ ਗੰਦਮ ਨਾਲ ਹੀ। ਲੇਕਿਨ ਹੁਣ ਆਸਾਨੀ ਹੈ ਕਿ ਲੀਰਾਂ ਜੀਆਂ ਮੁੱਲ ਲੈ ਆਉਂਦੇ ਹੁੰਦੇ ਨੇ, ਜਬ ਜਿਹੜਾ ਹੈਗਾ ਨਾ ਬੰਨ ਦਿੰਦੇ ਨੇ। ਪੱਠੇ ਵੱਢ ਕੇ ਲੈ ਕੇ ਆ ਗਏ ਔਰ ਪਸੀਨਾ ਜਿਹੜਾ ਹੈਗਾ ਨਾ ਚੈੱਕ ਕਰੋ, ਕਿਉਂਕਿ ਮੈਂ ਜ਼ਿਆਦਾ ਵਜ਼ਨ ਚੱਕ ਕੇ ਲਿਆ ਨਾ। ਬੇਗਮ ਸਾਹਿਬ ਇੰਨੇ ਨਹੀਂ ਵੱਢਦੀ, ਬੇਗਮ ਸਾਹਿਬ ਕਦੇ ਬੁੱਲੀ ਚੱਕੀ ਵੱਢ ਵੀ ਲਵੇ ਨਾ ਅਤੇ ਚੱਕ ਕੇ ਮੈਂ ਹੀ ਲੈ ਕੇ ਆਉਂਦਾ। ਬੇਗਮ ਸਾਹਿਬਾਂ ਸਲਾਦ ਵਗੈਰਾ ਦੀ ਜਿਹੜੀ ਨਾ ਗਿਲਾਸ ਹੀ ਬੇਗਮ ਸਾਹਿਬਾਂ ਐਡਵਾਂਸ ਧੋ ਕੇ ਰੱਖ ਲੈਣੇ ਕਿ ਮਹਿਮਾਨ ਆਵਣ ਤਾਂ ਗਿਲਾਸ ਧੋਣੇ ਨਾ ਪੈਣ। ਹਾਂਜੀ, ਔਰ ਨਾਲ ਬਣਦੇ ਅੱਜ ਸਲਾਦ, ਖੀਰੇ ਵਗੈਰਾ ਕੱਟੀ ਰਹੇ ਨੇ। ਖੀਰ ਪੱਕੀ ਠੰਡੀ ਹੋ ਨਹੀਂ ਗਈ? ਹਾਂ, ਖੀਰ ਤਾਂ ਦੇ ਨੇ, ਮੈਂ ਤਾਂ ਕੋਈ ਨਾਸ਼ਤਾ ਮਾਸ਼ਤਾ ਕਰਾਂ। ਇਹ ਆ ਗਈ ਜੀ ਖੀਰ, ਔਰ ਹੁਣ ਮੈਂ ਆਰਾਮ ਕਰਾਂਗਾ। ਬੀਟੀ ਵੀ ਜਾਂ ਮਸਾਂ ਬੱਚੀ, ਆਰਾਮ ਕਰਾਂਗਾ ਮਹਿਮਾਨਾਂ ਦੇ ਆਉਂਦਿਆਂ ਤੱਕ। ਮਹਿਮਾਨ ਜਦੋਂ ਆਵਣ ਮੈਨੂੰ ਜਿਹੜਾ ਹੈਗਾ ਉਠਾ ਦੇਵੀਂ, ਠੀਕ ਹੈ ਨਾ? ਮਾਸ਼ਾਅੱਲਾ, ਚੈੱਕ ਕੀਤੀ ਖੀਰ ਬੜੀ ਜ਼ਬਰਦਸਤ ਬਣੀ ਹੋਈ ਹੈ। ਇਸ ਤੋਂ ਇਲਾਵਾ ਬਾਈ ਅਹਿਮਦ ਹੋਰੀ ਤਕਰੀਬਨ ਮੇਰੇ ਖਿਆਲ ਹੈ ਨਾ 6 ਜਾਂ 6:30 ਵਜੇ ਤਕਰੀਬਨ ਇੱਥੇ ਨਾ ਪਹੁੰਚਣਗੇ। ਹਾਲੇ ਤੱਕ ਪੀਰ ਮੱਲ ਜਿਹੜਾ ਹੈਗਾ ਨਾ ਫਿਰਦੇ ਨੇ ਇੱਥੋਂ, ਤਕਰੀਬਨ 2-2.5-3 ਘੰਟੇ ਦਾ ਤਕਰੀਬਨ ਸਫ਼ਰ ਹੈ। ਹੋਰ ਹੁਣ ਇਸ ਟਾਈਮ 4 ਵੱਜ ਗਏ ਨੇ ਔਰ ਮੇਰੇ ਖਿਆਲ ਹੈ 7-1 ਵਜੇ ਇੱਥੇ ਜਿਹੜਾ ਹੈਗਾ ਨਾ ਘਰ ਪਹੁੰਚਣਗੇ ਰਾਤ ਦੇ। ਕੁਛ ਦੇਰ ਆਰਾਮ ਕੀਤਾ, ਖੀਰ ਖੂਰ ਖਾ ਕੇ ਸਾਰੇ ਕੰਮ ਕੁੰਮ ਕਰਕੇ, ਔਰ ਬੇਗਮ ਸਾਹਿਬਾ ਬਿਰਿਆਨੀ ਲੈ ਕੇ ਆਈ ਹੈ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਔਰ ਅਸੀਂ ਤਾਂ ਖਾ ਪੀ ਕੇ ਬੈਠੇ। ਹੁਣ ਮਹਿਮਾਨਾਂ ਦਾ ਵੇਟ ਕਰਦੇ ਪਿਆ, ਮਹਿਮਾਨ ਤਕਰੀਬਨ 1.5 ਘੰਟੇ ਤੱਕ ਮੇਰੇ ਖਿਆਲ ਨਾਲ ਪਹੁੰਚ ਜਾਵਣਗੇ। ਅਲਹਮਦੁਲਿਲਾ, ਭੈਂਸ ਨੂੰ ਸਾਬਤ ਪੱਠੇ ਜਿਹੜੇ ਹੈਗੇ ਨਾ ਪਾਏ ਨੇ। ਬੇਗਮ ਸਾਹਿਬਾ ਕਹਿ ਰਹੀ ਕਿ ਕੁਤਰ ਕੇ ਪਾਉਣੇ ਸੀ, ਫਿਰ ਇੰਝ ਕਰ ਆ ਜਾ, ਮੈਂ ਪੱਟੀ ਚਾੜਨਾ ਅਤੇ ਇਹਨੂੰ ਜਿਹੜਾ ਹੈਗਾ ਨਾ ਪੱਠਿਆਂ ਨੂੰ ਫਿਰ ਕੁਤਰ ਲਈਏ, ਕਿਉਂਕਿ ਉਹ ਵੀ ਜਿਹੜਾ ਹੈਗਾ ਨਾ ਇੱਥੇ ਪਹੁੰਚੇ ਖੜ੍ਹੇ ਨੇ। ਹਾਂ, ਥੋੜ੍ਹੀ ਦੇਰ ਤੱਕ ਉਹਨਾਂ ਨੇ ਆ ਜਾਣਾ। ਦੁੱਧ ਪਿਆ ਨਾ ਚਾਹ ਵਗੈਰਾ? ਅੱਛਾ ਅੱਛਾ, ਸੋ ਫਿਰ ਟਾਈਮ ਨਾਲ, ਚਲੋ ਫਿਰ ਟਾਈਮ ਨਾਲ ਚੋਲ ਨਹੀਂ ਨਾ ਅੱਜ। ਚਲੋ ਇਹ ਹੁਣ ਨਾ ਚੜ੍ਹਨੀ ਬੜੀ ਮੁਸ਼ਕਿਲ ਹੋ ਜਾਣੀ। ਇਹ ਹੁਣ ਕਿਵੇਂ ਚੜ੍ਹੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ। ਖਬਰ ਇਸੇ ਸਾਈਡ 'ਤੇ ਹੀ ਘੁੰਮਣਾ। ਚਲੋ ਜੀ, ਚੜ੍ਹ ਗਿਆ ਪੱਟਾ, ਚੜ੍ਹ ਗਿਆ। ਕਿਹਦੇ ਕੱਪੜਾ ਡਿਆਰ ਫੜਾ ਮੈਂ? ਤੁਸੀਂ ਚਲੋ ਉੱਧਰ ਮਲ ਜਾਓ। ਚਲੋ ਬਾਈ ਜਾਨ ਹੋਰੀ, ਸਿਰਫ ਔਰ ਸਿਰਫ 10 ਮਿੰਟ ਦੇ ਫਾਸਲੇ 'ਤੇ ਨੇ, ਕਿਉਂਕਿ ਉਹਨਾਂ ਲਾਈਵ ਲੋਕੇਸ਼ਨ ਮੈਨੂੰ ਭੇਜੀ ਸੀ। ਮੈਂ ਦੇਖ ਰਿਹਾ ਕਿਸ ਜਗ੍ਹਾ 'ਤੇ ਪਹੁੰਚ ਗਏ ਨੇ ਔਰ ਤਕਰੀਬਨ ਹੁਣ ਨਾ ਪਹੁੰਚਣ ਵਾਲੇ ਹੋਣੇ। ਔਰ ਮੈਂ ਇੱਧਰ ਆਇਆ ਸੀ, ਮੈਂ ਆਖਿਆ ਗੱਡੀ ਜਿਹੜੀ ਹੈ ਨਾ ਰਾਤ ਨੂੰ ਇੱਥੇ ਜਾਂ ਇੱਥੇ ਜਿਹੜਾ ਹੈਗਾ ਨਾ ਗੱਡੀ ਰੋਕਾਂਗੇ, ਕਿਉਂਕਿ ਉਸ ਸਾਈਡ 'ਤੇ ਜਿਹੜਾ ਹੈਗਾ ਨਾ ਘਰ ਵਿੱਚ ਜਗ੍ਹਾ ਕੋਈ ਨਹੀਂ, ਕਾਫੀ ਥੋੜ੍ਹੀ ਜਗ੍ਹਾ ਅਤੇ ਉੱਧਰ ਜਿਹੜਾ ਹੈਗਾ ਨਾ ਅਗਰ ਰੋਕੀਏ ਨਾ ਗੱਡੀ ਅਤੇ ਦਰਵਾਜ਼ਾ ਜਿਹੜਾ ਹੈਗਾ ਨਾ ਬਿਲਕੁਲ ਬੰਦ, ਲੰਘਣ ਟੱਪਣ ਦੀ ਜਗ੍ਹਾ ਨਹੀਂ ਬਚਦੀ।
ਰਾਤ ਨੂੰ ਇੱਥੇ ਰੋਕ ਦਿਆਂਗੇ, ਕੋਈ ਨਹੀਂ ਖਿਆਲ ਰੱਖਾਂਗੇ, ਕੋਈ ਨਹੀਂ ਮਸਲਾ ਤਾਂ ਪਰੇਸ਼ਾਨੀ ਵਾਲੀ ਗੱਲ ਤਾਂ ਕੋਈ ਨਹੀਂ ਰਾਤ ਨੂੰ, ਲੇਕਿਨ ਦੋ ਤਿੰਨ ਚੱਕਰ ਦੇ ਮਾਰ ਕੇ ਖਿਆਲ ਰੱਖਾਂਗੇ ਅੱਛੀ ਤਰੀਕੇ, ਕਿਉਂਕਿ ਉੱਧਰ ਰੁਕੀ ਨਾ ਫਿਰ ਨਾ ਜਗ੍ਹਾ ਬੜੀ ਥੋੜ੍ਹੀ ਹੋ ਜਾਂਦੀ ਲੰਘਣ ਟੱਪਣ ਦੀ, ਇਸੇ ਕਰਕੇ ਨਾ ਇੱਧਰ ਹੀ ਜਿਹੜਾ ਨਾ ਰੋਕ ਲਾਂ, ਕਿਉਂਕਿ ਆਪਣੀ ਜਗ੍ਹਾ ਜੋ ਹੈ। ਬੇਗਮ ਸਾਹਿਬਾ ਬਰਤਨ ਧੋਈ ਜਾਂਦੀ, ਉਹ ਇੱਥੇ ਪਹੁੰਚ ਆਈ ਨਹੀਂ ਆਪਣੇ ਪਿੰਡ ਦੇ, ਜਾਓ ਪਰਲੀ ਨੁੱਕਰ ਤੇ ਆ ਗਏ, ਬਸ ਨਾ ਆਉਣਾ ਤੂੰ ਨੇ ਦਰਵਾਜ਼ਾ ਖੜਕਣਾ, ਜਲਦੀ ਕਰ ਨਾ ਤੂੰ, ਇਹ ਬਰਤਨ ਧੋਂਦੀ ਰਵੇਂਗੀ ਤੇ ਵੈਲਕਮ ਕਿਵੇਂ ਹੋਵੇਗਾ। ਹਾਂ ਉੱਧਰ ਜਿਹੜਾ ਹੈਗਾ ਨਾ ਬਾਲਿਆ ਹੋਇਆ ਉਹਨੇ, ਉਹ ਕੀ ਸੱਦੇ ਨੇ ਤੰਦੂਰ ਵੀ, ਤੰਦੂਰ ਚੱਕ ਬਲਦੀ ਪਈ ਹੈ, ਮੈਨੂੰ ਦੱਸਿਆ ਮੈਂ ਇੱਥੇ ਪਹੁੰਚਣ ਵਾਲੇ ਨੂੰ ਤੁੰਨੀ ਦੇ ਰੱਗ ਬਾਲ ਦੇ ਤਾਂ ਕਿ ਅਰਜੈਂਟ ਰੋਟੀਆਂ ਪਕਾ ਕੇ ਦੇ ਦੇਵਾਂਗੇ, ਉਹਨਾਂ ਦੇ ਆਉਂਦਿਆਂ ਤੱਕ ਤੰਦੂਰ ਬਣ ਜਾਣਾ। ਫਾਈਨਲੀ ਅਲਹਮਦੁਲਿਲਾ ਜੀ ਮਹਿਮਾਨ ਆ ਗਏ ਸੀ, ਹਜ਼ਾਨ ਹੋ ਰਹੀ ਸੀ, ਅਸੀਂ ਇੱਕ ਦੂਸਰੇ ਨੂੰ ਅੱਛੀ ਤਰੀਕੇ ਮਿਲ ਲਿਆ ਔਰ ਵਿਲਾਗ ਅਸੀਂ ਹੁਣ ਸ਼ੁਰੂ ਕੀਤਾ ਹੈ। ਹੋਰ ਸਿਸਟਰ ਸਭ ਖੈਰੀਅਤ ਤੇ ਠੀਕ ਪਹੁੰਚ ਆਇਓ? ਮਾਸ਼ਾਅੱਲਾ। ਹੋਰ ਬਾਈਜਾਨ ਸੁਣਾਓ, ਟਿਊਬਵੈਲ ਕੈਸੇ ਚੱਲ ਰਹੇ ਤੁਹਾਡੇ? ਮੈਂ ਆਖਿਆ ਇਸ ਵਾਰੀ ਗੱਡੀ ਇਹਨਾਂ ਦੇ ਖੁੱਲੀ ਛੱਡਾਂਗੇ, ਬੱਚਿਆਂ ਤੋਂ ਮਹਿਫੂਜ਼। ਹਾਂ ਹਾਂ ਸਬਜ਼ੀਆਂ ਨਹੀਂ, ਮਾਸ਼ਾਅੱਲਾ ਜਗ੍ਹਾ ਬੜੀ ਖੁੱਲੀ ਹੈ, ਡੇਰਾ ਟਾਈਪ ਹੈ ਮਸਣ ਆਉਣ ਵਾਲੇ ਦੌਰ ਦੇ ਵਿੱਚ। ਸਮਾਨ ਆਪਣਾ ਜਿਹੜਾ ਹੈਗਾ ਨਾ ਸਾਰਾ ਚੱਕ ਲਓ, ਠੀਕ ਹੈ? ਹਾਂ ਜਿਹੜੀ ਜਿਹੜੀ ਚੱਕਣੀ ਉਹ ਤੂੰ ਵਿੱਚ ਹੀ ਬੈਠਾ ਹੈ, ਬਾਹਰ ਨਿਕਲ ਨਾ, ਤੂੰ ਸਲਾਮ ਲਿਆ ਨਾ ਤੂੰ ਮਿਲਿਆ ਹੈ। ਹੋਰ ਸਭ ਖੈਰੀਅਤ ਤੇ ਠੀਕ ਹੋ ਬੇਟਾ? ਹਾਂ ਮੈਨੂੰ ਨਾ ਇੱਕ ਮਸਲਾ ਹੈ, ਮੈਨੂੰ ਇਹਨਾਂ ਦੇ ਦੋਵਾਂ ਦਾ ਨਾਂ ਨਹੀਂ ਆਉਂਦਾ, ਪਤਾ ਨਹੀਂ ਹਾਦੀ ਕਿਹੜਾ ਹੈ ਅਕਸਾ ਕਿਹੜੀ ਹੈ, ਐ ਅਕਸਾ ਐ ਹਾਦੀ। ਸਹੀ ਸਹੀ ਸਹੀ, ਬੱਚੇ ਅੱਲਾ ਦੇ ਬੰਦਿਆਂ ਬੜਾ ਇਹਨਾਂ ਨੂੰ ਵੇਟ ਕਰਦੇ ਪਏ ਸੁਬੋ ਦਾ, ਕੱਲ ਦਾ ਉਹਨਾਂ ਨੇ ਦੱਸਿਆ ਹੋਇਆ। ਮੈਂ ਆਖਿਆ ਤੁਹਾਡੀਆਂ ਸਹੇਲੀਆਂ ਆ ਰਹੀਆਂ ਨੇ, ਸ਼ੇਰ ਕਿਹੜਾ ਕਹਿ ਰਹੇ ਹੋ, ਕੀ ਹੋਇਆ ਲੱਗਿਆ? ਅੱਛਾ ਅੱਛਾ, ਬੂੰਡੀਆਂ ਛੂੰਡੀਆਂ ਆਉਣੀਆਂ ਨਾ। ਹਾਂਜੀ ਮਹਿਮਾਨ ਸਾਡੇ ਅਸਲੀ ਘਰ ਪਹੁੰਚ ਆਏ ਨੇ, ਬੱਚਿਆਂ ਅਲਹਮਦੁਲਿਲਾ ਜੀ ਮਹਿਮਾਨ ਸਾਡੇ ਟੀਵੀ ਲਾਉਣ ਸੇ ਜਿਹੜਾ ਹੈਗਾ ਨਾ ਪਹੁੰਚ ਚੁੱਕੇ ਨੇ, ਔਰ ਬਾਈ ਹੋਰੀ ਕਹਿ ਰਹੇ ਨੇ ਕਿਆ ਬਾਤ ਯਾਰ, ਆਸਤਾ ਆਸਤਾ ਜਿਹੜਾ ਹੈਗਾ ਨਾ ਬੰਦਾ ਚੀਜ਼ਾਂ ਸਿੱਖਦਾ ਆਸਤਾ ਆਸਤਾ, ਤੇ ਆਸਤਾ ਆਸਤਾ ਤਰੱਕੀ ਕਰਦਾ। ਤਕਰੀਬਨ 5-7-10 ਦਿਨ ਠਹਿਰ ਕੇ ਨਾ ਗਾਰਡ ਨੂੰ ਥੋੜਾ ਜਿਹਾ, ਹਾਂ ਥੋੜਾ ਜਿਹਾ ਹੋਰ, ਹਾਂ ਪੈਸੇ ਲਾਨੇ ਆ ਨਾ ਥੋੜੇ ਬਹੁਤੇ, ਹੋਰ ਥੋੜਾ ਬਹੁਤ ਸੈੱਟ ਕਰਨੇ ਆ। ਹਾਂ ਸਕੂਨ ਆ ਗਿਆ, ਇਹਨਾਂ ਨੂੰ ਡਾਇਰੈਕਟ ਰੋਟੀ ਆਪਾਂ ਦੇਈ ਹੈ, ਟਾਈਮ ਰੋਟੀ ਦਾ ਹੋ ਗਿਆ, ਰੈਸਟ ਕਰਨੀ ਆ ਕਿ ਚਾਹ ਪੀਣੀ ਆ, ਬੋਤਲ ਪੀਣੀ ਦੱਸੋ ਪਹਿਲੇ? ਪਹਿਲੇ ਚਾਹ, ਮੈਂ ਕਹਿੰਦਾ ਰੋਟੀ ਖਾ ਕੇ ਉਪਰੋਂ ਚਾਹੇ ਜੋ ਮਰਜ਼ੀ, ਸਕੂਨ ਨਾ ਫਿਰ ਸਾਰੀ ਦਿਹਾੜੀ ਟੈਨਸ਼ਨ ਕੋਈ, ਰੋਟੀ ਪਕਾ ਤੂੰ ਰੋਟੀ ਖਾ, ਪੱਕ ਗਈਆਂ ਨੇ, ਵਾਹ ਜੀ ਵਾਹ ਕਿਆ ਬਾਤ ਹੈ, ਇੱਧਰ ਆ ਮਿਲਦਾ ਨਹੀਂ ਹੈ ਤੂੰ, ਇੱਧਰ ਆ, ਸ਼ਰਮਾਉਂਦੇ ਨੇ ਬਈ ਸਾਡੇ ਬੱਚੇ। ਮਹਿਮਾਨਾਂ ਨੇ ਤਾਂ ਕਿਹਾ ਸੀ ਕਿ ਸਾਨੂੰ ਖਾਣਾ ਹਾਲੇ ਨਾ ਦਿਓ, ਅਸੀਂ ਥੋੜ੍ਹਾ ਬਹੁਤਾ ਸਾਹ ਕੱਢਾਂਗੇ, ਰੈਸਟ ਕਰਾਂਗੇ, ਫਿਰ ਖਾਣਾ। ਮੈਂ ਕਿਹਾ ਖਾਣਾ ਖੂਣਾ ਖਾ ਲਓ,
ਫਿਰ ਚਾਏ ਵਗੈਰਾ ਪੀਓ, ਆਰਾਮ ਸਕੂਨ ਨਾਲ, ਫਿਰ ਰੈਸਟ ਕਰੋ ਸਾਰੀ ਰਾਤ ਹੋਈ ਹੈ, ਕੋਈ ਮਸਲਾ ਨਹੀਂ, ਗੱਪਾਂ ਗੁੱਪਾਂ ਲਾਵਾਂਗੇ ਕਿਉਂਕਿ ਖਾਣੇ ਦਾ ਉਨਾ ਟਾਈਮ ਹੈਗਾ ਸੀ। ਔਰ ਮਾਸ਼ਾਅੱਲਾ ਸਾਡਾ ਸੈਟਅਪ ਜਿਹੜਾ ਹੈਗਾ ਨਾ ਬੜਾ ਬਿਹਤਰੀਨ ਰਹਿ ਗਿਆ ਇਵੇਂ ਨਾ। ਔਰ ਹੁਣ ਕੋਸ਼ਿਸ਼ ਅਸੀਂ ਕਰੂੰਗਾ ਕਿ ਇਹ ਵਾਲੇ ਸੋਫੇ ਇੱਥੇ ਜਾਂ ਟਿਕਾ ਦੇ ਵੀ ਜ਼ਿਆਦਾ ਪਿਆਰੇ ਲੱਗਦੇ ਪਏ ਨੇ ਹੈ, ਲੇਕਿਨ ਅਸੀਂ ਰੱਖਾਂਗੇ ਉਦੋਂ ਜਦੋਂ ਸਾਰਾ ਘਰ ਕਲਰ ਹੋ ਗਿਆ, ਸੀਲਿੰਗ ਵਗੈਰਾ ਕੰਪਲੀਟ, ਰੰਗ ਰੋਗਨ ਹੋ ਗਿਆ ਨਾ, ਫਿਰ ਇੱਥੇ ਲਿਆ ਕੇ ਸੋਫੇ, ਔਰ ਉਹ ਵੀ ਨਵੇਂ ਲਿਆ ਕੇ ਰੱਖਾਂਗੇ, ਇਹ ਨਹੀਂ ਰੱਖਾਂਗੇ। ਕਾਫੀ ਟਾਈਮ ਹੋ ਗਿਆ ਜੀ ਅੰਦਰ ਬਹਿ ਕੇ ਗੱਪਾਂ ਗੁੱਪਾਂ ਲਾ ਰਹੇ ਸੀ। ਰਾਬੀਆ ਸਿਸਟਰ ਨੇ ਕਿਹਾ ਕਿ ਮੈਂ ਜਿਹੜਾ ਹੈਗਾ ਨਾ ਮੱਝ ਚੋਣੀ ਹੈ, ਤੇ ਨਹੀਂ ਬੱਜਣ ਵਾਲੀ ਮੱਝ ਕੋਈ ਨਹੀਂ ਵੈਸੇ। ਇਹ ਅਸਲ ਚ ਨਾ ਸਵਾਣੀ ਮੇਰੇ ਨੂੰ ਤੰਦ ਹੈ ਪਿਛਾਂ ਮਸਲ ਮੈਂ ਕਿਹਾ ਤਾਂ ਹੈਗੀ ਸੀ ਤਾਂ ਨਹੀਂ ਕੰਮ ਹੈ ਕਰਨਾ ਤੇ ਉਹ ਉੱਥੇ ਪਿੱਛੇ ਇਹਨਾਂ ਨੇ ਸਮਣ 3-4 ਮੱਝਾਂ ਰੱਖੀਆਂ ਸੀ ਤੇ ਕੰਮ ਹੀ ਇਹੋ ਕਰਦੇ ਸੀ। ਉਹ ਮੈਂ ਕਿਹਾ ਇਹਨਾਂ ਦਾ ਖਾਂਦਾ ਨਹੀਂ ਕੰਮ ਹੈ, ਇਹਨੂੰ ਤਾਂ ਪਤਾ ਹੈ ਨਾ ਸੁਮਣ ਦਾ। ਤੂੰ ਤਾਂ ਪਹਿਲੀ ਵਾਰੀ ਚੋਣੀ, ਅੱਗੇ ਵੀ ਕਦੇ ਚੋਈ ਹੈ? ਕਦੀ ਨਹੀਂ ਚੋਈ, ਕੋਈ ਵੀ ਨਹੀਂ ਚੋਈ ਜ਼ਿੰਦਗੀ ਚ ਪਹਿਲੀ ਵਾਰੀ। ਨਹੀਂ ਫੇਰ ਬੜਾ ਮੁਸ਼ਕਿਲ ਹੈ, ਐਡਾ ਮੈਨੂੰ ਨਹੀਂ ਵੱਲ ਆਉਂਦਾ ਇਹਨੂੰ ਕਿੱਥੇ ਆਉਣਾ। ਰੱਬਿਆ ਇੱਕ ਦੋ ਟਰਾਈਆਂ ਕਰਨਾ। ਹਾਂ ਮੈਂ ਕਰਦੇ ਕੋਸ਼ਿਸ਼। ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੱਝ ਚੁਮਣ ਦਾ ਵੱਲ ਸਿੱਖ ਲਓ ਤੇ ਮੱਝ ਜਿਹੜੀ ਇਹਨਾਂ ਲੈ ਲਓ। ਅਸੀਂ ਕਾਹਵਾ ਚਾਹ ਪੀਤੀ ਹੈ ਸਹੀ ਹੋ ਤੁਸੀਂ ਆਪ ਕਹੋਗੇ ਸਾਡੇ ਇਲਾਕੇ ਦਾ ਅੱਛਾ। ਹਾਂ ਮੱਝ ਰੱਖੋਗੇ ਹੁਣ ਤੇ ਮਾਸ਼ਾਅੱਲਾ ਪੱਠੇ ਪੁੱਠੇ ਗੱਡ ਲੈ ਨੇ ਤੇ ਜ਼ਿਮੀਦਾਰ ਹੁਣ ਤੁਸੀਂ ਮਾਸ਼ਾਅੱਲਾ ਹੋ ਗਏ। ਜ਼ਮੀਨਾਂ ਠੇਕੇ ਤੇ ਲੈ ਲਈਆਂ ਨੇ ਤੇ ਹੁਣ ਪੱਠੇ ਪੁੱਠੇ ਤੁਹਾਡੇ ਕੱਪੜੇ ਨੇ, ਹੁਣ ਤੁਹਾਨੂੰ ਟੈਨਸ਼ਨ ਵੀ ਕੋਈ ਨਹੀਂ, ਹੁਣ ਲੈ ਲਓ ਤੁਸੀਂ ਮੱਝ ਦੁੱਧ। ਹਾਂ ਜ਼ਰੂਰ ਨਾ, ਹਾਂ ਜ਼ਰੂਰ ਰੱਖੋ, ਛੋਟੇ ਛੋਟੇ ਬੱਚੇ ਨੇ ਆਰਾਮ ਲੈ ਕੇ ਜਾਵਾਂਗਾ ਤੇਰੇ ਇਲਾਕੇ 'ਚ, ਸਾਡੇ ਇਲਾਕੇ 'ਚ ਇਸ ਤਰ੍ਹਾਂ ਦੀਆਂ ਮੱਝਾਂ ਨਹੀਂ ਲੱਭਦੀਆਂ। ਕੋਈ ਨਹੀਂ ਇਹ ਭਾਵੇਂ ਲੈ ਜਾਵੀਂ, ਕੋਈ ਨਹੀਂ ਮਸਲਾ ਲਾਉਂ ਤੁਸੀਂ, ਹਾਂ ਅਸੀਂ ਨਵੀਂ ਲੈ ਲਵਾਂਗੇ, ਕੋਈ ਨਹੀਂ ਮਸਲਾ। ਇਧਰੋਂ ਪੈਦਲ ਹੀ ਲੈ ਕੇ ਜਾਵਾਂਗੇ, ਤਕਰੀਬਨ 4 ਦਿਨ ਬਾਅਦ ਜਾ ਕੇ ਘਰ ਪਹੁੰਚ ਜਾਵਾਂਗੇ। ਪੈਦਲ ਤਾਂ ਨਹੀਂ, ਡਾਲਾ ਕੱਟਾ ਚੌਕੀ ਹੈ, ਚੌਕੀ ਆ, ਚੌਕੀ ਨਾ ਚੌਕੀ ਰੱਖਿਆ, ਚੌਕੀ ਹੈ, ਉਹ ਦੇਖਣਾ ਚੌਕੀ ਚੌਕੀ ਸਦੀ ਚੌਕੀ ਪਿਆਸ ਲੱਗੀ ਹੋਈ ਮੇਰੇ ਖਿਆਲ ਦੇ ਵਿੱਚ। ਸੂਰਜ ਹੋ ਚੁੱਕਿਆ ਜੀ ਗਰੂਬ ਬਿਲਕੁਲ ਨਾ, ਸ਼ਾਮ ਹੋ ਗਈ ਹੈ ਔਰ ਮੱਝ ਕਿੱਥੋਂ ਚਲਦੀ ਚਲਦੀ ਕਿੱਥੇ ਆ ਗਈ ਹੈ ਵੇਖੀ। ਰਾਬੀਆ ਸਿਸਟਰ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਮੱਝ ਜਿਹੜਾ ਹੈਗਾ ਨਾ ਚੋ ਲਵੀਏ, ਲੇਕਿਨ ਇਹ ਮੇਰੇ ਨਾਲ ਹੀ ਪਰਲੇ ਪਾਰ ਨਿਕਲੀ ਹੈ। ਮੈਂ ਤਾਂ ਫਿਰ ਵੀ ਦੋ ਧਾਰਾਂ ਕੱਢ ਲੈਣਾ, ਲੇਕਿਨ ਇਹ ਤਾਂ ਬਿਲਕੁਲ ਖਾਤਾ ਹੀ ਖਲਾਸ। ਨਹੀਂ ਨਹੀਂ ਮੈਂ ਇਨਸ਼ਾਅੱਲਾ ਇਨਸ਼ਾਅੱਲਾ ਚੋਵਾਂਗੀ। ਵੇਖੇ ਨਾ ਮੱਝ ਦਾ ਕਿੰਨਾ ਫਾਇਦਾ ਹੈ, ਅਸੀਂ ਲੱਕੜਾਂ ਅੱਗੇ ਜਲਾਉਂਦੇ ਸੀ, ਲੱਕੜਾਂ ਦੀ ਜਗ੍ਹਾ ਤੇ ਫਾਤੀ ਕਹਿ ਰਿਹਾ ਸੀ ਮੱਝ ਲਵੋ ਮੱਝ ਲਵੋ, ਤੇ ਉਹਨੂੰ ਚੋਣਾ ਕਿੰਨੇ ਹੈ ਬੰਦਾ ਰੱਖ ਲਈਏ ਕਿ ਚੋਣ ਵਾਸਤੇ। 2000 ਰੁਪਏ ਉਹਨੇ ਦਿੱਤੀ ਕਰੀ ਫੀਸ ਚੁਆਈ, 2000 ਸਵੇਰ 2000 ਸ਼ਾਮ, ਫਿਰ ਫਿਰ ਦੁੱਧ ਪੀ ਲਿਆ। ਦੁੱਧ ਤਾਂ ਖਾਲਸ ਮਿਲਣੇ ਸੀ ਨਾ। ਹਾਂ 2000 ਦਿਹਾੜੀ ਤੇ, ਹਾਂ ਤਾਂ ਤਾਂ ਦੁੱਧ ਚੋ ਕੇ ਦੇ। ਹੋਰ ਉਹ 210 ਕਿਲੋ ਲੈ ਲਵੀਏ, 2000 ਜ਼ਰੂਰ ਬੰਨਾ। ਹਾਂ ਵੈਸੇ ਨਾ ਅਗਰ ਮੱਝ ਲੈਣੀ ਹੈ ਨਾ ਤੇ ਵੱਲ ਸਿੱਖ ਲਓ ਮੀਆਂ ਬੀਵੀ, ਇਹ ਕਿ ਤੂੰ ਚੋਲੇ ਕਰੀ, ਮੈਨੂੰ ਤਾਂ ਆਉਂਦੀ ਹੈ, ਤੈਨੂੰ ਕਿਉਂ ਨਹੀਂ ਆਉਂਦੀ ਮੱਝ? ਮੈਂ ਕਰ ਲਾਂਗੇ ਕੰਮ, ਫਿਰ ਤਾਂ ਮਸਲਾ ਹੀ ਕੋਈ ਨਹੀਂ ਹੈ।
ਹਾਂ ਫੇਰ ਤੇ ਮਸਲਾ ਹੀ ਕੋਈ ਨਹੀਂ। ਔਰ ਪਾਕੜੀ ਹੈ ਜੀ, ਚਾਹ ਵਗੈਰਾ। ਨਹੀਂ ਉਹ ਪੈਸੇ ਲੈਂਦਾ ਪੈਸੇ, ਹੁਣ ਉਹ ਨਿੱਕਾ ਜੇ ਉਹ ਵੀ ਪੈਸੇ ਲੈਂਦਾ। ਦੁਕਾਨ ਹੈ ਨਾ, ਦੁਕਾਨ ਤੇ ਚਲਾ ਜਾਂਦਾ ਪੈਸੇ ਦੇ ਮੈਨੂੰ। ਮੈਂ ਤੇ ਸੋਚਿਆ ਸੀ ਬਾਈ ਸਾਹਿਬ ਹੋਰਾਂ ਨਾਲ ਮੈਂ ਕੋਈ ਗੱਲ ਸ਼ੇਅਰ ਕੀਤੀ ਤੇ ਬਾਈ ਸਾਹਿਬ ਹੋਰੀ ਕਹਿ ਰਹੇ ਨੇ ਕਿ ਮੈਂ ਤੇ ਜਿਹੜਾ ਹੈਗਾ ਨਾ ਸੁਬਹ ਚੱਲਿਆ ਜਾਣਾ। ਮੈਂ ਤੇ ਸੋਚ ਰਿਹਾ ਸੀ, ਤੂੰ ਮੇਰਾ ਵਲਾਗ ਨਹੀਂ ਦੇਖਿਆ, ਮੇਰੇ ਮੋਬਾਈਲ ਸਾਰੇ ਖਰਾਬ ਹੋਏ ਪਏ ਨੇ ਜਿਸ ਤੇ ਵਲਾਗ ਬਣਾ ਰਿਹਾ, ਇਹ ਵੀ ਐਂਡ ਹੋਈ ਪਈ ਆ, ਕਿਸੇ ਟਾਈਮ ਵੀ ਬੰਦ ਹੋ ਸਕਦਾ। ਮੈਂ ਸੋਚ ਰਿਹਾ ਸੀ ਗੱਡੀ ਆ ਗਈ ਹੈ, ਤੇਲ ਪਵਾਵਾਂਗੇ ਤੇ ਮੈਂ ਨਿਕਲ ਜਾਵਾਂਗੇ ਲਾਹੌਰ ਜਾ ਕੇ, ਸਕੂਨ ਨਾਲ ਆਪਣਾ ਕੰਮ ਕਰਕੇ ਵਾਪਸ ਆ ਜਾਵਾਂਗੇ। ਇੱਕ ਦਿਨ ਕੀ ਛੁੱਟੀ ਹੈ, ਇੱਕ ਦਿਨ। ਬਲੀਮਾ ਖਾਣਾ ਤੇ ਓਥੋਂ ਜਿਹੜਾ ਕਹਿਣਾ ਤੇ ਵਾਪਸ ਨੀ ਆਉਣਾ, ਓਥੋਂ ਅਗਾਂਹ ਨਿਕਲ ਜਾਣਾ। ਦੋ ਸਾਲ ਮੈਂ ਆਪ ਲੋਕ ਇੱਕ ਦਫਾ ਨਹੀਂ ਹੋ, ਹਮ ਫਿਰ ਦੋ ਦਫਾ ਅਸੀਂ ਬਾਈ ਜਾਨ ਆਏ ਓ ਕੀ ਸੱਦੇ ਨੇ ਜਦੋਂ ਕਰਾਚੀ ਗਏ ਸੀ। ਸਰਦੀਆਂ ਦੇ ਵਿਚ ਗਏ ਆ, ਸਰਦੀਆਂ ਦੇ ਵਿਚ ਤੀਸਰਾ ਚੱਕਰ, ਪੰਜ ਛੇ ਚਾਰ ਪੰਜ ਤੀਸਰਾ। ਉਸ ਤੋਂ ਬਾਅਦ ਇੱਕ ਦਫਾ ਤੂੰ ਆਪਾਂ ਤੂੰ ਮੈਂ ਤਾਰਕ ਬਾਈ ਲਾਹੌਰ ਗਏ, ਲਾਹੌਰ ਹੀ ਗਏ, ਆਪਣੀ ਮੁਲਾਕਾਤ ਹੋ ਗਈ। ਉਸ ਤੋਂ ਪਹਿਲੇ ਤੁਸੀਂ ਬਾਰੋ ਬਾਰ ਚਲੇ ਗਏ, ਉਸ ਤੋਂ 8 ਦਿਨ ਪਹਿਲੇ। ਚਲੋ ਬਾਈ ਜਾਨ ਕਸਰ ਕੱਢਾਂਗੇ ਤਸੱਲੀ ਨਾਲ, ਬੱਚਿਆਂ ਨੂੰ ਛੁੱਟੀਆਂ ਹੋਰ ਲੈਣ ਦੇ। ਆਓ ਅੱਲਾ ਪਾਕ ਨੇ ਤੁਸੀਂ ਤੁਸੀਂ ਹੱਥ ਜੋੜ ਕੇ ਇਧਰ ਵੇ, ਹੱਥ ਜੋੜ ਕੇ ਕਹੋਗੇ ਕਿ ਜਿਹੜਾ ਹੈਗਾ ਤੁਸੀਂ ਚਲੇ ਜਾਓ। ਅਲਹਮਦੁਲਿਲਾ ਅੱਲਾ ਪਾਕ ਨੇ ਮੱਝ ਦੀ ਨਿਮਤ ਦਿੱਤੀ ਹੈ ਸਾਨੂੰ, ਅਲਹਮਦੁਲਿਲਾ ਟੂਵਲ ਦੀ ਨਿਮਤ ਦਿੱਤੀ ਹੈ, ਤੁਸੀਂ ਆਓ ਤੇ ਸਹੀ ਨਾਲ ਸਾਡੇ ਕੋਲ, ਤੁਸੀਂ ਸਾਨੂੰ ਨਵਾ ਨਵਾ ਕੇ ਮਾਰ ਲੈ, ਤੁਸੀਂ ਸਾਨੂੰ ਨਵਾ ਨਵਾ ਕੇ। ਬੱਕਰੀ ਹੈ ਟੂਵਲ ਤੇ ਡੁੱਬ ਕੇ ਦੇ, ਉਹਨਾਂ ਵੀ ਤਾਜ਼ਾ ਦੁੱਧ ਹੁੰਦਾ ਬਾਈ ਜਾਨ। ਮੈਂ ਕਹਿੰਦੇ ਤੇ ਕਮੈਂਟ ਵੀ ਪੜਿਆ ਸੀ ਮੇਰੀ, ਹੁਣ ਗੱਲ ਸੁਣ, ਹਾਲੇ ਉਹਦੇ ਛੋਟੇ ਬੱਚੇ ਆ, ਉਹਦੇ ਚਾਹ ਚੂ ਨਾ ਪਕਾਈ ਕਰੋ, ਉਹ ਸਾਰਾ ਪਕਾਉਂਦੇ ਆ, ਸਾਰਾ ਦੁੱਧ ਜਿਹੜਾ ਹੈਗਾ ਨਾ ਉਹ ਬੱਚਿਆਂ ਨੂੰ ਪਿਲਾਉਂਦੇ ਆ, ਪੀਵਾ ਹੀ ਨਹੀਂ ਦਿੰਦੀ ਉਹਨੂੰ। ਹਾਂ ਸਾਰਾ ਅਸਾਂ ਬੱਕਰੀ ਦੀ ਚਾਹ ਨਹੀਂ ਬਣਾਉਂਦੇ, ਨਹੀਂ ਬੱਕਰੀ ਦਾ ਦੁੱਧ ਹੈ, ਬੱਚਿਆਂ ਨੂੰ ਦੁੱਧ ਕਿਉਂ ਨਹੀਂ ਪੀਵਣ ਦਿੰਦੇ, ਨਹੀਂ ਹੈਗਾ ਬੱਕਰੀ ਦਾ ਦੁੱਧ ਹੈ ਹੀ ਨਹੀਂ, ਉਹਨੂੰ ਫੜ ਕੇ ਖੜੇ ਹੁੰਦੇ ਆ ਤੇ ਫਿਰ ਤੁਸੀਂ ਉਹਨਾਂ ਦਾ ਬੱਚਿਆਂ ਦਾ ਦੁੱਧ ਦਾ ਬੰਦੋਬਸਤ ਕਰੋ, ਨਹੀਂ ਤੇ ਬੱਚੇ ਮਾਰ ਜਾਵਣਗੇ। ਉਹ ਨਹੀਂ ਨਹੀਂ, ਉਹ ਮਨਾ ਕੀਤਾ ਸਾਨੂੰ ਇਲਾਕਿਆਂ ਲੈਣਾ, ਹਾਂ ਨਹੀਂ ਦੇਣਾ ਪਵਾਣਾ ਉਹਨੂੰ। ਹੁਣ ਗਾਹ ਖਾਲੀ, ਉਹ ਕਹਿੰਦੇ ਨੇ ਕਿ ਹਾਲੀ ਦੁੱਧ ਨਾ ਪਿਲਾਓ ਇਹਨਾਂ ਨੂੰ, ਕਿਤਨੇ ਦਿਨ ਹੋਏ, ਕਿਉਂਕਿ ਪੇਟ ਖਰਾਬ ਹੋ ਜਾਵੇਗਾ, 15 ਦਿਨ ਦਿੰਦੇ ਨੇ, 15 20 ਦਿਨ ਦਿੰਦੇ ਨੇ, ਕਮਾਲ ਹੈ, ਕੁਝ ਵੀ ਨਹੀਂ ਹੁੰਦਾ। ਨਹੀਂ ਨਹੀਂ ਭਾਬੀ ਪੇਟ ਖਰਾਬ ਹੋ ਜਾਵੇਗਾ, ਮੈਨੂੰ ਮਨਾ, ਤੈਨੂੰ ਪਤਾ ਕਿਹੜਾ ਦੁੱਧ ਪਿਲਾਵਾਂ, ਮੈਨੂੰ ਤਾਂ ਪਤਾ ਕੋਈ ਨਹੀਂ ਬਾਈ, ਮੈਂ ਨਾ ਬੱਕਰੀਆਂ ਰੱਖੀਆਂ ਹੋਈਆਂ ਸੀ, ਕੁਝ ਵੀ ਨਹੀਂ ਹੁੰਦਾ ਜਦੋਂ ਬੱਚਾ ਹੁੰਦਾ ਨਾ ਬੱਕਰੀ ਦਾ, ਮੇਰੇ ਕੋਲ ਅਗਰ ਪੁੱਛਣਾ ਹੈ ਨਾ ਤੇ ਮੇਰੇ ਕੋਲ ਤੰਦੂਰਾਂ ਦਾ ਪੁੱਛ, ਚੁੱਲ੍ਹਿਆਂ ਦਾ ਪੁੱਛ, ਕਿਚਨ ਦਾ ਡਿਜ਼ਾਈਨ ਪੁੱਛ, ਦੇਖਿਆ ਇਹ ਨਵਾਜ਼ ਬਾਈ ਨੇ ਕਿਹਦਾ ਡਿਜ਼ਾਈਨ ਬਣਾਇਆ। ਔਰ ਮੈਨੇ ਇੱਕ ਦਫਾ ਠਾਣੀ ਤੋਂ ਥੀ, ਲੇਕਿਨ ਅੱਜ ਤੱਕ ਮੈਂ ਆਪਣਾ ਕਿਚਨ ਨਹੀਂ ਬਣਾ ਸਕਾ। ਨਹੀਂ 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 ਨਹੀਂ, ਬਾਈ ਹੋਰਾਂ ਨੇ ਹਿੰਮਤ ਕੀਤੀ ਸੀ, ਚੈਲੰਜ ਕੀਤਾ ਸੀ, ਲੇਕਿਨ ਜਿਹੜਾ ਹੈਗਾ ਨਾ ਉਹ ਗੋ ਗੂ ਕੇ ਮੱਟੀ ਮੁੱਟੀ ਮੱਟੀ ਸੁੱਕ ਗਈ, ਤੇ ਉਹ ਮੱਟੀ ਨਾਲ ਫਿਰ ਅਸੀਂ ਲੇ ਅਪ ਕਰ ਦਿੱਤਾ ਐਵੇਂ, ਵੇਖਿਆ ਹੋਇਆ ਵੇਖਿਆ। ਲੇਕਿਨ ਇਹ ਹੈ ਕਿ ਮੈਂ ਆਪਣਾ ਕਿਚਨ ਹਾਲੇ ਤੱਕ ਮੁਕੰਮਲ ਨਹੀਂ ਕਰ ਸਕਿਆ, ਕਾਫੀ ਸਾਰੇ ਸਾਨੂੰ ਕਮੈਂਟ ਵੀ ਆਉਂਦੇ ਨੇ ਕਿ ਨਵਾਜ਼ ਬਾਈ ਕਿਚਨ ਆਪਣਾ ਮੁਕੰਮਲ ਕਿਉਂ ਨਹੀਂ ਕਰਦੇ। ਤੇਰਾ ਪ੍ਰੋਫੈਸ਼ਨ ਹੈ, ਘਰ ਦੇ ਕੰਮ ਇੰਨੇ ਹੁੰਦੇ ਨੇ, ਮੱਝਾਂ ਨੂੰ ਪੱਠੇ ਪਾਓ, ਇਧਰੋਂ ਇਧਰੋਂ, ਟਾਈਮ ਨਹੀਂ ਲੱਗਦਾ ਪਿਆ, ਨਹੀਂ ਤਾਂ ਹੁਣ ਤੱਕ ਬਾਈ ਜਾਨ ਤੁਸੀਂ ਉਹਵੇਂ ਵੀ ਇਹਨਾਂ ਚੀਜ਼ਾਂ ਦੇ ਮਰਡ ਚੀਜ਼ਾਂ ਦੇ ਐਕਸਪਰਟ ਹੋ। ਹਾਂਜੀ ਅਲਹਮਦੁਲਿਲਾ, ਮੈਂ ਨਹੀਂ ਹਾਂ।
ਮੈਨੂੰ ਸਿੱਖਣਾ ਪੈਣਾ ਹੈ। ਸਿੱਖੋ। ਉਸ ਦਿਨ ਮੈਂ ਚੈਲੰਜ ਐਕਸੈਪਟ ਕਰ ਲਿਆ, ਲੇਕਿਨ ਮੈਂ ਜਦੋਂ ਬੈਠਾ ਮਿੱਟੀ ਮੈਂ ਕਿਹਾ ਪਤਾ ਨਹੀਂ ਸੋ, ਫਿਰ ਰਾਤੀ ਤੂੰ ਮੈਨੂੰ ਕਿਹਾ, ਮੈਂ ਕਿਹਾ ਮੈਂ ਉਹਦਾ ਤੂੜੀ ਮਿਲਾਈ, ਤੂੰ ਕਿਹਾ ਉਹਦਾ ਤੂੜੀ ਨਹੀਂ ਮਿਲਾਈ ਹੁੰਦੀ ਭਾਈ ਜਾਨ। ਮੈਂ ਫਿਰ ਇਹਨੂੰ ਮਟੀਰੀਅਲ ਦੱਸਿਆ, ਇਹਨੂੰ ਸਾਰੀਆਂ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਵਿੱਚ ਮਿਲਾਓ, ਤੇ ਫਿਰ ਇਹਨੇ ਕਿਹਾ ਬਾਈ ਮੈਂ ਇਸ ਤੋਂ ਚੰਗਾ ਮੇਰੇ ਕੋਲ ਨਹੀਂ ਆਉਂਦਾ ਕੰਮ, ਕਾਲਾ ਨਾ ਹੋ ਜਾਵੇ ਤੰਦੂਰ ਤੇ ਬੈਠਾ। ਓਰੇ 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 ਪੂਰੇ ਕਿੱਥੇ ਚੱਲਿਆ ਕਿੱਥੇ, ਔਰ ਪੈਸੇ ਮੰਦੇ ਪੈਸੇ ਮੰਦੇ ਪੈਸੇ ਮੰਦੇ, ਹਾਂ ਸਿਆਣਾ ਬੱਚਾ ਹੈ। ਉਧਰ ਮਾਂ ਕੋ ਚਲਾ ਜਾਉਣ, ਚੱਲ ਪੈਸੇ ਕਿੱਥੇ ਨਹੀਂ, ਚੱਲ ਪਾਪਾ ਕੋ ਲੈ ਕੇ ਆ, ਨਹੀਂ ਨਹੀਂ ਮੇਰੇ ਕੋਲ ਨਹੀਂ ਹੈਗੇ ਪੈਸੇ, ਉਹ ਚਲਾ ਗਿਆ ਰੋਈ ਜਾ ਰਿਹਾ ਉੱਥੇ ਜਾ ਕੇ। ਚਲੋ ਜੀ ਬਹੁਤ ਖੁਸ਼ੀ ਹੋਈ ਹੈ ਮਾਸ਼ਾਅੱਲਾ, ਕਾਫੀ ਦਿਨਾਂ ਬਾਅਦ ਜਿਹੜਾ ਨਾ ਬਾਈ ਸਾਹਿਬ ਹੋਰਾਂ ਨਾਲ ਮੁਲਾਕਾਤ ਹੋਈ ਆ, ਔਰ ਇਨਸ਼ਾਅੱਲਾ ਸਾਡੀ ਦੁਬਾਰਾ ਹੀ ਬਹੁਤ ਜਾ, ਕਿਉਂ ਸ਼ਾਦੀ ਵਾਲਿਆਂ ਨੂੰ ਦੁਆ ਕਰੋ। ਚਲੋ ਕੋਈ ਨੀ ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਚੱਕਰ ਲਾਵਾਂਗੇ, ਨਹੀਂ ਅਸੀਂ ਜਿਸ ਦਿਨ ਜਾਣਾ ਨਾ ਕਰਾਚੀ ਉਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਦੋ ਦੇ ਰਹਿ ਕੇ ਤੁਹਾਡੇ ਲਈ ਫਿਰ ਗੱਲ ਕਰਾਂਗੇ, ਠੀਕ ਹੈ। ਦਿਲ ਤਾਂ ਕਰਦਾ ਕਿਸੇ ਦਿਨ ਮਹੀਨਾ ਤੇਰੇ ਰਹਿ ਕੇ ਆਵਾਂ, ਤੇ ਫਿਰ ਹੱਥ ਜੋੜੇ ਪੈਰ ਜੋੜੇ ਕਿ ਘਰ ਚਲਾ ਜਾ। ਚਲੋ ਜੀ ਓਕੇ ਜੀ, ਇਨਸ਼ਾਅੱਲਾ ਹੁੰਦੀ ਹੈ ਜੀ ਕੱਲ ਮੁਲਾਕਾਤ, ਖੁਦਾ ਹਾਫਿਜ਼, ਅੱਲਾ ਨੀ ਗੇਮਾਰ। ਔਰ ਮਾਸ਼ਾਅੱਲਾ ਜੀ ਸ਼ਾਮ ਦਾ ਖੂਬਸੂਰਤ ਮੰਜ਼ਰ, ਲਾਈਟ ਜਿਹੜੀ ਨਾ ਸਭ ਬਾਲੀ ਹੋਈ ਹੈ, ਪਤਾ ਹੀ ਨਹੀਂ ਚੱਲਦਾ ਕਿ ਦਿਨ ਹੈ ਕਿ ਜਿਹੜਾ ਹੈਗਾ ਨਾ ਰਾਤ ਹੈ।